ਹੈਲੋ ਐਵਰੀਵਨ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ ਵਨ ਫੈਮਿਲੀ ਵਲੌਗਸ ਵਿੱਚ। ਹੋਰ ਸੁਣਾਓ ਜੀ, ਸਾਰੇ ਕਿਵੇਂ ਹੋ? ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ, ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ, ਰਾਜ਼ੀ ਖੁਸ਼ੀ ਹੋਵੋਗੇ। ਹਾਂਜੀ, ਅਸੀਂ ਗਏ ਹੋਏ ਸੀਗੇ ਖੰਨੇ। ਖੰਨੇ ਗਏ ਸੀਗੇ ਅਸੀਂ ਬੱਚਿਆਂ ਦੀਆਂ ਡਰੈੱਸਾਂ ਵਗੈਰਾ ਲੈਣ ਅਤੇ ਸ਼ੂਜ਼ ਵਗੈਰਾ ਲੈਣ। ਰਾਤ ਦਾ ਟਾਈਮ ਸੀਗਾ, ਅਸੀਂ ਰਾਤ ਨੂੰ ਗਏ ਹੋਏ ਸੀਗੇ ਖੰਨੇ। ਇਹਨਾਂ ਦੀ ਜੋਤੀ ਵਾਲਿਆਂ ਤੋਂ ਇਹੀ ਡਰੈੱਸ ਮਿਲਦੀ ਆ। ਅਤੇ ਅਸੀਂ ਉੱਥੇ ਅੱਜ ਇੰਨਾ ਰਸ਼ ਸੀਗਾ ਕਿਉਂਕਿ ਕੱਲ੍ਹ ਬੱਚਿਆਂ ਦੇ ਸਕੂਲ ਓਪਨ ਹੋਣੇ ਸੀਗੇ, ਤਾਂ ਕਰਕੇ ਸਾਰੇ ਲੋਕ ਡਰੈੱਸਾਂ ਬੁੱਕਸ ਬਹੁਤ ਮਤਲਬ ਕਿ ਰਸ਼ ਸੀਗਾ ਖੰਨੇ ਦੇ ਵਿੱਚ, ਅਤੇ ਇੱਥੇ ਆਏ ਹੋਏ ਸੀਗੇ ਖੰਨੇ। ਅਤੇ ਚਲੋ ਜੀ, ਅਸੀਂ ਹੁਣ ਲੈ ਲਈਏ। ਆਪਾਂ ਖੰਨੇ ਤੋਂ ਆ ਗਏ ਜੀ, ਖੰਨੇ ਗਏ ਸੀਗੇ, ਥੋੜ੍ਹਾ ਜਿਹਾ ਬੱਚਿਆਂ ਦਾ ਸਕੂਲ ਦਾ ਸਮਾਨ ਰਹਿ ਗਿਆ ਸੀਗਾ, ਜਿਵੇਂ ਸ਼ੂਜ਼ ਵਗੈਰਾ ਰਹਿੰਦੇ ਸੀਗੇ ਉਹ ਲੈਣੇ ਸੀਗੇ, ਵਾਈਟ ਸ਼ਰਟਾਂ ਲੈਣੀਆਂ ਸੀਗੀਆਂ। ਟਾਈਮ ਹੁਣ ਹੋ ਗਿਆ ਮੈਨੂੰ ਲੱਗਦਾ 9:30 ਦਾ, 9:30 ਵੱਜ ਗਏ, ਕਿਉਂਕਿ ਸ਼ਾਇਦ ਪਾਪਾ ਲੇਟ ਆਏ ਸੀਗੇ। ਅਸੀਂ ਉੱਪਰੋਂ ਵੀਰ ਜੀ ਦੀ ਗੱਡੀ ਲੈ ਕੇ ਗਏ ਸੀ, ਉਹ ਭਰਾਉਣ ਗਏ ਨੇ। ਅਤੇ ਇੱਥੇ ਲਿਆਉਂਦੀਆਂ ਨੇ ਆਪਾਂ ਭਿੰਡੀਆਂ। ਵੈਸੇ ਬੱਚਿਆਂ ਦਾ ਸਕੂਲ ਕੱਲ੍ਹ ਨੂੰ ਓਪਨ ਹੋਣਾ, ਬਟ ਹੁਣ ਮੈਂ ਕੱਲ੍ਹ ਨੂੰ ਨਹੀਂ ਭੇਜਦੀ ਹਾਂ ਜੀ, ਬੱਚਾ ਜਾਣਗੇ ਪਰਸੋਂ ਨੂੰ। 3 ਤਰੀਕ ਨੂੰ ਉਹਨਾਂ ਦਾ ਸਕੂਲ ਸੀਗਾ, ਉੱਥੇ 4 ਨੂੰ ਜਾ ਗਿਆ ਹੁਣ। ਅਤੇ ਇਹ ਆਪਾਂ ਨੇ ਹੁਣ ਭਿੰਡੀਆਂ ਧੋ ਕੇ ਰੱਖ ਦੀਆਂ, ਕੱਲ੍ਹ ਨੂੰ ਬਣਾਵਾਂਗੇ ਜਾਂ ਸਵੇਰੇ ਬਣਾਵਾਂਗੇ ਜਾਂ ਸ਼ਾਮ ਨੂੰ। ਇੱਧਰ ਆਪਾਂ ਆਪਣਾ ਦੁੱਧ ਗਰਮ ਕਰਤਾ, ਆਪਣਾ ਦੁੱਧ ਵੀ ਗਰਮ ਕਰਤਾ ਅਤੇ ਆਪਣਾ ਉਹ ਕਰ ਲਿਆ। ਅਤੇ ਬਾਕੀ ਅੱਜ ਮੈਂ ਸਵੇਰ ਦੀ ਨੇ ਕੋਈ ਵਲੌਗ ਨਹੀਂ ਸੀਗਾ ਸ਼ੂਟ ਕੀਤਾ, ਅੱਜ ਸਾਰਾ ਉਹ ਰਹਿ ਗਿਆ। ਤੇ ਅਭੀ ਦੇ ਸ਼ੂਜ਼ ਟੁੱਟੇ ਹੋਏ ਸੀਗੇ, ਵਾਈਟ ਬਲੈਕ ਕਲਰ ਦੇ, ਅਭੀ ਮੈਨੂੰ ਬੜਾ ਲੱਗਦਾ ਸਾਈਜ਼ ਬਹੁਤ। ਪਾਪਾ ਵੀ ਨਹੀਂ ਮੰਨੇ, ਹੈ ਵੀ 4 ਨੰਬਰ ਦਾ ਹੀ। 5 ਨੰਬਰ ਆ, 4 ਨੰਬਰ ਹੈ, 5 ਆ। ਦੇਖ ਪਾ ਕੇ ਤੂੰ ਤਾਂ ਬਹੁਤ ਬੜੇ ਆ ਤੇਰੇ। ਨਹੀਂ ਮੰਮਾ, ਉਹਨੇ ਅਸੀਂ ਹੋਰ ਕੱਢੇ ਸੀਗੇ, ਉਹਨੇ ਮੈਨੂੰ ਲੱਗਦਾ ਵਿੱਚ ਮਿਕਸ ਕੀਤੇ ਹੋਏ ਸੀ ਨਾ ਅੰਕਲ ਨੇ, ਉਹਨੇ ਕੋਈ ਹੋਰ ਡੱਬਾ ਪਾਇਆ ਨੰਬਰ। ਅਭੀ ਜੋ ਨਾ ਬਲੈਕ ਸ਼ੂਜ਼ ਸੀਗੇ ਉਹ ਇੱਥੇ ਤੋਂ ਸਾਰੇ ਹੋ ਗਏ ਸੀਗੇ, ਖਰਾਬ ਹੋ ਗਏ ਸੀ, ਟੁੱਟ ਲੈ ਗਏ ਸੀ। ਤੇਰੇ ਵੀ ਟਾਈਟ ਹੋਣਗੇ, ਤੂੰ ਵੀ ਲੈ, ਨਾਲ ਤੇਰੇ ਪਏ ਤਾਂ ਹੈਗੇ ਨੇ। ਉਹ ਤਾਂ ਨਹੀਂ ਯਾਰ, ਸਿਲਾਈ ਕਰਾ ਹੋ ਜਾਣੀ, ਕਿਉਂਕਿ ਬੂਟ ਤਾਂ ਸਾਰੇ ਠੀਕ ਪਏ ਨੇ, ਪਿਛਲੇ ਸਾਲ ਤਾਂ ਸਾਲ ਵੀ ਨਹੀਂ ਹੋਇਆ ਲਿਆ ਨੂੰ ਉਹਨਾਂ ਨੂੰ, 3-4 ਮਹੀਨੇ ਹੋਏ ਨੇ ਹਜੇ। ਛੇਤੀ ਕਰ ਪੁੱਤ। ਤੇ ਸ਼ਰਟਾਂ ਲੈ ਕੇ ਆਏ ਸੀ, ਇੱਕ ਸੂਟ ਲੈ ਕੇ ਆਈ ਹਾਂ ਮੈਂ, ਕਿਉਂਕਿ ਸ਼ੋਪ ਰਾਤ ਨੂੰ ਜਾ ਕੇ ਤੁਹਾਨੂੰ ਪਤਾ ਬਾਜ਼ਾਰ ਬੰਦ ਹੋਣ ਲੱਗ ਜਾਂਦਾ ਹੈ, ਤੇ ਫਿਰ ਲੈ ਕੁਛ ਵੀ ਨਹੀਂ ਹੁੰਦਾ ਹੈਗਾ। ਇਹ ਤਾਂ ਬਹੁਤ ਬੜਾ ਏ, ਚਾਰ ਨੰਬਰ ਆਉਣਾ ਸੀ ਤੇਰੇ ਸਹੀ। ਚਾਰ ਨੰਬਰ ਵੀ ਛੋਟਾ ਸੀਗਾ, ਉਹ ਤਾਂ ਜਮਾ ਹੀ ਇੰਨਾ ਪੁੱਠੇ ਤੋਂ ਵੀ ਆਏ ਹੁੰਦਾ ਸੀ, ਪਾਪਾ ਵੀ ਕਹਿੰਦੇ
ਤੇ ਦੋ ਇਹਨਾਂ ਨੂੰ ਆਪਾਂ ਟੀ ਸ਼ਰਟ ਲੈ ਕੇ ਮੇਰਾ ਦੇਖੋ ਮੇਰੇ ਮੇਰੀ ਸਿੰਗਲ ਬੈਡ ਦੀ ਚਾਦਰ ਲੈਣੀ ਸੀਗੀ ਠੀਕ ਹੈ ਠੀਕ ਹੈ ਪੁੱਤ ਹੋਣਾ ਪੈ ਜਾਣਾ ਕੋਈ ਨਾ ਠੀਕ ਹੈਗਾ ਤੇ ਆ ਇਹਨਾਂ ਦੀਆਂ ਵਾਈਟ ਕਲਰ ਦੀਆਂ ਸ਼ਰਟਾਂ ਲੈ ਕੇ ਆਈਆਂ ਇੱਕ ਇੱਕ ਤਾਂ ਹੈਗੀ ਆ ਇੱਕ ਇੱਕ ਹੋਰ ਕਿਉਂਕਿ ਦੋ ਫਿਰ ਮੈਂ ਰੱਖਦੀ ਹੁੰਦੀ ਐਮਰਜੈਂਸੀ ਨਹੀਂ ਵੀ ਵਾਸ਼ ਕਰ ਹੁੰਦੀ ਹੈਗੀ ਹੈ ਨਾ ਤੇ ਮੈਂ ਲੈ ਕੇ ਆਈ ਹਾਂ ਤੁਹਾਨੂੰ ਆਪਣਾ ਸੂਟ ਦਿਖਾ ਲਓ ਮੈਂ ਸੂਟ ਤਾਂ ਹੋਰ ਵੀ ਲੈਣੇ ਸੀਗੇ ਪਰ ਮੈਂ ਹਲੇ ਨਹੀਂ ਲੈਂਦੀ ਹੈਗੀ ਹਲੇ ਠਹਿਰ ਕੇ ਲਊਂਗੀ ਇੱਕ ਤਾਂ ਸ਼ੋਪ ਬੰਦ ਹੋ ਜਾਂਦੀ ਆ ਬੰਦ ਹੋ ਜਾਂਦੀਆਂ ਨੇ ਮਤਲਬ ਕਿ ਵੀ ਠੀਕ ਠੀਕ ਹੈ ਯਾਰ ਵੀ ਚਲੋ ਹਨਾ ਬਹੁਤ ਪਿਆਰਾ ਉਹ ਨਹੀਂ ਦਿੱਤਾ ਕਿਹੜਾ ਜਿਹੜਾ ਮੈਂ ਕਹਿੰਦੀ ਸੀ ਲਵੈਂਡਰ ਕਲਰ ਜੋ ਨਹੀਂ ਦੂਜਾ ਇੱਕ ਬਹੁਤ ਪਿਆਰਾ ਸੀ ਜਿਹੜਾ ਜਿਹੜਾ ਬਹੁਤ ਪਿਆਰਾ ਸੀ ਆਹੀ ਸੀ ਉਹ ਕਲਰ ਨਹੀਂ ਜਿਹੜਾ ਇੱਕ ਚੁੰਨੀ ਵਾਲਾ ਸੀਗਾ ਤੁਸੀਂ ਕਹਿ ਰਹੇ ਇੱਕ ਚੁੰਨੀ ਟਿਕਦੀ ਨਹੀਂ ਮੇਰੀ ਅੱਛਾ ਉਹ ਚੁੰਨੀ ਨਹੀਂ ਆਉਂਦੀ ਸਾਡੇ ਨਾਲ ਜੀ ਉਹ ਨਾਲ ਅੱਜ ਮੈਂ ਅੱਜ ਮੈਂ ਵਲੌਗ ਵਗੈਰਾ ਨਹੀਂ ਸ਼ੂਟ ਕੀਤਾ ਹੈਗਾ ਇਹ ਵਾਲਾ ਸੂਟ ਆ ਮੇਰਾ ਪੇਂਟ ਆ ਇਹਦੇ ਵਿੱਚ ਕਢਾਈ ਵੀ ਆ ਪੇਂਟ ਵੀ ਆ ਕਲਰ ਤੁਹਾਨੂੰ ਪਤਾ ਵੀ ਗਰਮੀਆਂ ਚ ਇਹ ਕਲਰ ਵਧੀਆ ਲੱਗਦੇ ਨੇ ਮੈਂ ਕਿਹਾ ਕਲਰ ਹੈਗੀ ਵਧੀਆ ਲੱਗਦੇ ਆ ਗਰਮੀਆਂ ਚ ਏਦਾਂ ਮੈਨੂੰ ਹੋਰ ਦਵਾਉਣੇ ਨੇ ਕੱਲੀ ਨੀ ਗੱਲਾਂ ਮਾਰਦੀ ਮੈਂ ਵਲੌਗ ਬਣਾ ਰਹੀ ਕੱਲੀ ਗੱਲਾਂ ਮਾਰਦੀ ਮੈਂ ਮੈਂ ਅੱਜ ਬਣਾਇਆ ਨਹੀਂ ਹੈਗਾ ਚੁੰਨੀ ਵੀ ਯਾਰ ਪੂਰਾ ਦੁਪੱਟਾ ਖੁੱਲਾ ਡੁੱਲਾ ਏ ਕਲਰ ਇਹ ਵਾਲਾ ਲਿਆ ਮੈਂ ਗ੍ਰੇ ਨਹੀਂ ਹੈਗਾ ਇਹ ਗ੍ਰੇ ਗ੍ਰੇ ਚ ਇੱਕ ਮਿੰਟ ਮਿਕਸ ਗ੍ਰੀਨ ਤੇ ਮਿਕਸ ਗ੍ਰੀਨ ਆ ਮਿਕਸ ਗ੍ਰੇ ਆ ਮੰਮਾ ਇਹ ਇਧਰ ਦੇਖ ਲਓ ਹੋਰ ਇਹ ਤੋਂ ਉੱਪਰ ਕੀ ਹੋਣੀ ਸੀ ਥੱਲੇ ਤੋਂ ਪਿੱਛੇ ਤੋਂ ਚਾਹ ਨੀ ਦੁੱਧ ਗਰਮ ਕਰਿਆ ਹੋਇਆ ਹੁਣ ਦੁੱਧ ਧਰਿਆ ਹੋਇਆ ਮੇਰਾ ਚਾਹ ਬਣਾ ਲਾ ਇਹ ਆ ਜੀ ਮੇਰਾ ਸੂਟ ਤੇ ਕੱਪੜੇ ਮੈਂ ਚੇਂਜ ਕਰਨੇ ਸਹਿਜੂ ਅਭਿਜੋਤ ਅਭਿਜੋਤ ਦੇ ਬੂਟ ਬੜੇ ਲਿਆ ਤੇ ਵਿਚਾਰੇ ਦੇ ਢਿੱਡਰ ਦਾਸ ਪਾਪਾ ਪਾਪਾ ਦਾ ਨਾਮ ਹੈਗਾ ਜੀ ਢਿੱਡਰ ਦਾਸ ਢਿੱਡਰ ਦਾਸ ਢਿੱਡਰ
ਮੇਰੇ ਪਾਪਾ ਦਾ ਨਾਮ ਟਿੱਡੂ ਦਾ, ਮੇਰੇ ਪਾਪਾ ਦਾ, ਮੇਰੇ ਪਾਪਾ ਦਾ, ਮੇਰੇ ਪਿੱਟੂ ਪਾਪਾ ਨੇ ਪਿੱਟੂ ਸੌਂ ਗਏ ਸੀ, ਮੋਟੂ ਪਤਲੂ ਸੁੱਤਾ ਹੋਇਆ ਸੀ, ਮਾਈ ਹਾਂ ਤੁਹਾਰੇ ਤੇ ਆ ਗਏ ਜਿਹੜੇ ਫਿਰ ਲਖੜੇ ਆ ਪਏ ਜਾਗਦੇ ਹੋਣੇ ਆ, ਤਾਂ ਹੁਣ ਆਏ ਹੋਣੇ ਆ ਬਹੁਤ ਉਂਗਲੀਆਂ ਮਾਰਦੇ ਨੇ ਕੱਚੇ ਹੋ ਗਏ ਨੋ, ਬਹੁਤ ਬੋਦੇ ਪੈ ਜਾਂਦੇ ਨੇ, ਖੰਡਾਰਾ ਘਰ ਸਾਫ ਕਰਕੇ ਗਏ ਸੀ, ਖੰਡਾਰਾ ਖੰਡ ਸ਼ੀਟ ਦਿਖਾਵਾਂ ਨੇੜੇ ਤੋਂ ਐਵੇਂ ਦੀ ਆ, ਹੇ ਏਦਾਂ ਦੀ ਇਹ ਇੱਕ ਇਹ ਲਿਆਂਦੀ ਸੀ, ਇੱਕ ਫਲਾਵਰ ਵਾਲੀ ਲਿਆਂਦੀ ਸੀਗੀ, ਇੱਕ ਪੇਂਟ ਚ ਵਾਲੀ ਲਿਆਂਦੀ ਸੀ ਮੈਂ, ਇਹ ਤਾਂ ਮੇਰੀ ਕੋਲ ਉਦੋਂ ਸਿੰਗਲ ਬੈੱਡ ਦੀ ਆ, ਹਾਂ ਇਹਦੇ ਬਾਰੇ ਲਿਆਂਦੀ ਆ ਸਿੰਗਲ ਤੇ ਕੱਪੜੇ ਹੁਣ ਮੈਂ ਚੇਂਜ ਕਰੂੰਗੀ, ਆਪਾਂ ਨੇ ਇੱਧਰ ਆਪਣੀਆਂ ਧੋ ਕੇ ਰੱਖ ਤੀਆਂ ਭਿੰਡੀਆਂ, ਭਿੰਡੀਆਂ ਖਾਂਦੀ ਦੁੱਧ ਆਪਣਾ ਗਰਮ ਹੋ ਰਿਹਾ, ਆ ਦੇਖੋ ਜੀ ਨੇਲ ਨਾ ਹੁਣ ਕੱਚੇ ਪੌਦੇ ਪੈ ਜਾਂਦੇ ਆ, ਵੈਸੇ ਪੰਗੇ ਲੈਣੇ ਤਾਂ ਚਾਹੀਦੇ ਨਹੀਂ ਹੈਗੇ, ਚਲੋ ਸੋਹਣੇ ਲੱਗਦੇ ਨੇ ਆਏ ਨਹੀਂ ਹੈਗਾ ਕੋਈ ਪ੍ਰੋਬਲਮ ਨਹੀਂ, ਪਰ ਬਾਅਦ 'ਚ ਜਿਹੜੀ ਆ ਪ੍ਰੋਬਲਮ ਆਉਂਦੀ ਹੈ ਨਾ ਕੱਚੇ ਨੇਲ ਹੋ ਜਾਂਦੇ ਨੇ ਫਿਰ, ਅਭੀ ਆ ਪੁੱਤ ਖੰਡਾਰਾ ਜਿਹਾ ਚੱਕ ਦੇ, ਖੰਡਾਰਾ ਜਿਹਾ ਨਾ ਪਾਓ ਗੰਦਾ ਲੱਗਦਾ ਏ, ਦੀਦੀ ਨੇ ਚੇਂਜ ਵੀ ਕਰ ਲਿਆ, ਗਰਮੀ ਲੱਗਣ ਲੱਗ ਗਈ ਹਨਾ ਬਾਹਰ ਹਜੇ ਮੌਸਮ, ਪੱਖਾ ਨੀ ਅੰਦਰ ਨਾ ਆਪਣੇ ਹੈਗੀ ਹੁਮਸ ਜੀ ਹੋਣ ਲੱਗ ਜਾਂਦੀ ਗਰਮੀਆਂ ਚ, ਆਹੀ ਪ੍ਰੋਬਲਮ ਆ ਇਹ ਆ ਆਪਣੇ ਵਧੀਆ ਬਾਹਰ ਤਾਂ ਮੌਸਮ ਜੀ ਕਹਿੰਦਾ, ਬਾਹਰ ਮੰਜੇ ਡਾ ਕੇ ਪੈ ਜਾਈਏ, ਹਾਏ ਬਾਹਰ ਤਾਂ ਇੰਨੀ ਠੰਡੀ ਠੰਡੀ ਹਵਾ ਜੀ ਕਹਿੰਦਾ ਬਾਹਰ ਸੌ ਜਾਈਏ, ਬਾਹਰ ਬਹੁਤ ਵਧੀਆ ਹਵਾ, ਤੇ ਬਾਕੀ ਹੁਣ ਅੱਜ ਵਲੋਗ ਨਹੀਂ ਬਣਿਆ, ਵਲੋਗ ਹੁਣ ਕਾਫੀ ਦਿਨਾਂ ਤੋਂ ਬਣੇ ਨਹੀਂ ਰਿਹਾ ਹੈਗਾ, ਬਸ ਤੁਹਾਨੂੰ ਮੈਂ ਦੱਸਿਆ ਵੀ ਚੱਜ ਨਾਲ ਹੈ ਨਾ, ਅੱਜ ਵੀ ਨਹੀਂ ਬਣਿਆ ਹੈਗਾ, ਅੱਜ ਸ਼ਾਮ ਨੂੰ ਫਿਰ ਸਾਹਿਲ ਦੇ ਪਾਪਾ ਆ ਗਏ ਸੀਗੇ ਵੀ ਖੰਨੇ ਜਾ ਉਹਨੇ ਆ, ਵੀ ਅਸੀਂ ਕਿਹਾ ਸੀ ਨਾ ਵੀ ਸ਼ੂਜ਼ ਵਗੈਰਾ ਇਹਨਾਂ ਦੇ ਲੈਣੇ ਵਾਲੇ ਆ, ਵਾਈਟ ਤਾਂ ਹੈਗੇ ਬਲੈਕ ਨਹੀਂ ਸੀਗੇ, ਅਤੇ ਬਹੁਤ ਸਾਹਿਲ ਦੇ ਫਿਰ ਸੀਗਾ, ਮੈਂ ਆਪਣਾ ਹੋਰ ਇੱਕ ਦੋ ਚੀਜ਼ਾਂ ਲੈਣੀਆਂ ਸੀਗੀਆਂ, ਸ਼ੋਪ ਬੰਦ ਹੋ ਗਈ, ਮੈਂ ਬਨਾਨਾ ਸ਼ੇਪ ਦੇ ਕਲਿੱਪ ਲਾਉਂਦੀ ਹੁੰਦੀ ਹਾਂ, ਮੈਂ ਮਤਲਬ ਕਿਆ ਰਬੜ ਬੈਂਡ ਪਾਏ ਤਾਂ ਮੇਰੇ ਨੈੱਕ ਪੇਨ ਹੋਣ ਲੱਗ ਜਾਂਦੀ ਆ, ਸਿਰ 'ਚ ਦਰਦ ਰਹਿਣ ਲੱਗ ਜਾਂਦਾ, ਮੇਰੇ ਰਬੜ ਬੈਂਡ ਘੱਟ ਪੈਂਦੇ ਨੇ, ਮੈਂ ਬਨਾਨਾ ਸ਼ੇਪ ਦਾ ਕਲਿੱਪ ਆ ਜਿਹੜਾ ਉਹ ਜ਼ਿਆਦਾ ਲਾ ਕੇ ਰੱਖਦੀ ਹਾਂ, ਸੋ ਮੇਰਾ ਸਰੀਰ ਨਾ ਢਿੱਲਾ ਢਿੱਲਾ ਜਿਹਾ ਰਹਿੰਦਾ, ਫਿਰ ਉਹ ਮਿਲੇ ਨਹੀਂ ਹੈਗੇ ਉੱਪਰੋਂ ਜਿਹੜੇ ਲੋਕ ਹੁੰਦੇ ਨੇ, ਮੈਨੂੰ ਉਹ ਚਾਹੀਦੇ ਸੀਗੇ ਉਹ ਮਿਲੇ ਨਹੀਂ ਹੈਗੇ, ਅਤੇ ਬਾਕੀ ਹੁਣ ਆਪਾਂ ਦੁੱਧ ਕਰਿਆ ਹੋਇਆ ਅਤੇ ਬਸ ਇਹਨਾਂ ਨੂੰ ਪੀਣ ਨੂੰ ਦੇਰ ਹੋ ਗਿਆ 10 ਵੱਜ ਗਏ, ਬਾਕੀ ਜੇ ਤੁਹਾਨੂੰ ਅੱਜ ਦਾ ਵਲੌਗ ਵਧੀਆ ਲੱਗਿਆ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ, ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ, ਔਰ ਮਿਲਦੇ ਹਾਂ ਨਿਊ ਵਲੌਗ ਦੇ ਨਾਲ, ਨਵੀਂ ਸ਼ੁਰੂਆਤ ਦੇ ਨਾਲ, ਓਕੇ ਜੀ, ਬਾਏ ਬਾਏ, ਗੁੱਡ ਨਾਈਟ, ਟੇਕ ਕੇਅਰ, ਬਾਏ ਬਾਏ, ਸਾਰੇ ਜਣੇ ਕਰ ਦਿਓ ਬਾਏ ਬਾਏ, ਬਾਏ ਬਾਏ, ਗੁੱਡ ਨਾਈਟ, ਟੇਕ ਕੇਅਰ, ਬਾਏ ਬਾਏ, ਬਾਏ ਬਾਏ।